ਇਹ ਸਾਡੇ 9-11 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ, ਕਾਫੀ ਅੱਛੀ ਆਵਾਜ਼ ਆ ਮੁੰਡੇ ਦੀ। ਤੁਸੀਂ ਆਮ ਤੌਰ 'ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟੀਸਪੇਟ ਕਰਦੇ ਦੇਖਿਆ ਹੋਊਗਾ ਆਮ ਲੋਕਾਂ ਦੇ ਵਿੱਚ। ਦਮਦਾਰ ਆਵਾਜ਼ ਆ, ਬਹੁਤ ਸੋਹਣਾ ਲਿਖਦਾ, ਅਤੇ ਆਪਾਂ 9-11 ਤੋਂ ਇਹਨੂੰ ਲਾਂਚ ਕਰ ਰਹੇ ਹਾਂ। ਔਰ ਇਹਦੇ ਲਾਸਟ ਵਿਸ਼ ਜਿਹੜਾ ਫਸਟ ਸੌਂਗ ਹੈ 9-11 ਤੋਂ ਰਿਲੀਜ਼ ਕਰ ਰਹੇ ਹਾਂ, ਤਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਚੜੂਗਾ, ਅਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹੁਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ। ਬਹੁਤ ਵਧੀਆ ਆਵਾਜ਼ ਹੈ, ਬਹੁਤ ਸੋਹਣਾ ਗਾਉਂਦਾ। 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ? 5 ਜਨਵਰੀ ਮੇਰਾ ਬਰਥਡੇ ਹੈ ਕਹਿ ਲਓ ਵੀ, ਇਹ ਤੋਂ ਸ਼ੁਭਦੀਪ ਦੀ ਵੀ ਆਦਤ ਹੁੰਦੀ ਸੀ, ਉਹ ਕੋਈ ਨਾ ਕੋਈ ਆਪਣਾ ਸੌਂਗ ਮੇਰੇ ਜਨਮ ਦਿਨ 'ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ 'ਤੇ ਕੁਛ ਨਾ ਕੁਛ ਛੱਡਦਾ ਹੁੰਦਾ ਸੀ। ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ, ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ, ਉਹਦੇ ਉੱਤੇ ਕੁਛ ਨਾ ਕੁਛ ਕਰਦਾ ਹੁੰਦਾ ਸੀ। ਬਸ ਉਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ, ਹੈ ਨਾ, ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜੇ ਨਵੇਂ ਸੌਂਗ ਨੇ, ਨਵੇਂ ਆਰਟਿਸਟ ਕੋਈ ਲਾਂਚ ਕਰਦੇ ਹਾਂ ਤਾਂ ਇਹਨਾਂ ਦਿਨਾਂ ਦੇ ਉੱਤੇ ਹੀ ਛੱਡੇ ਜਾਣ, ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ। ਕੁੱਲ ਇਹ ਸਾਡੇ 9-11 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ, ਕਾਫੀ ਅੱਛੀ ਆਵਾਜ਼ ਆ ਮੁੰਡੇ ਦੀ। ਤੁਸੀਂ ਆਮ ਤੌਰ 'ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟੀਸਪੇਟ ਕਰਦੇ ਦੇਖਿਆ ਹੋਊਗਾ ਆਮ ਲੋਕਾਂ ਦੇ ਵਿੱਚ। ਦਮਦਾਰ ਆਵਾਜ਼ ਆ, ਬਹੁਤ ਸੋਹਣਾ ਲਿਖਦਾ, ਅਤੇ ਆਪਾਂ 9-11 ਤੋਂ ਇਹਨੂੰ ਲਾਂਚ ਕਰ ਰਹੇ ਹਾਂ। ਔਰ ਇਹਦੇ ਲਾਸਟ ਵਿਸ਼ ਜਿਹੜਾ ਫਸਟ ਸੌਂਗ ਹੈ 9-11 ਤੋਂ ਰਿਲੀਜ਼ ਕਰ ਰਹੇ ਹਾਂ, ਤਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਚੜੂਗਾ, ਅਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹੁਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ। ਬਹੁਤ ਵਧੀਆ ਆਵਾਜ਼ ਹੈ, ਬਹੁਤ ਸੋਹਣਾ ਗਾਉਂਦਾ। 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ? 5 ਜਨਵਰੀ ਮੇਰਾ ਬਰਥਡੇ ਹੈ ਕਹਿ ਲਓ ਵੀ, ਇਹ ਤੋਂ ਸ਼ੁਭਦੀਪ ਦੀ ਵੀ ਆਦਤ ਹੁੰਦੀ ਸੀ, ਉਹ ਕੋਈ ਨਾ ਕੋਈ ਆਪਣਾ ਸੌਂਗ ਮੇਰੇ ਜਨਮ ਦਿਨ 'ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ 'ਤੇ ਕੁਛ ਨਾ ਕੁਛ ਛੱਡਦਾ ਹੁੰਦਾ ਸੀ। ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ, ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ, ਉਹਦੇ ਉੱਤੇ ਕੁਛ ਨਾ ਕੁਛ ਕਰਦਾ ਹੁੰਦਾ ਸੀ। ਬਸ ਉਹੀ ਸਾਡਾ ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ, ਹੈ ਨਾ, ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜੇ ਨਵੇਂ ਸੌਂਗ ਨੇ, ਨਵੇਂ ਆਰਟਿਸਟ ਕੋਈ ਲਾਂਚ ਕਰਦੇ ਹਾਂ ਤਾਂ ਇਹਨਾਂ ਦਿਨਾਂ ਦੇ ਉੱਤੇ ਹੀ ਛੱਡੇ ਜਾਣ, ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ। ਕੁੱਲ ਇਹ ਸਾਡੇ 9-11 ਚੈਨਲ ਦੀ ਜਿਹੜੀ ਨਵੀਂ ਪ੍ਰਤਿਭਾ ਹੈਗੀ, ਕਾਫੀ ਅੱਛੀ ਆਵਾਜ਼ ਆ ਮੁੰਡੇ ਦੀ। ਤੁਸੀਂ ਆਮ ਤੌਰ 'ਤੇ ਸੰਡੇ ਵਾਲੇ ਦਿਨ ਵੀ ਇਹਨੂੰ ਕਈ ਵਾਰੀ ਆਪਣੇ ਇੱਥੇ ਪਾਰਟੀਸਪੇਟ ਕਰਦੇ ਦੇਖਿਆ ਹੋਊਗਾ ਆਮ ਲੋਕਾਂ ਦੇ ਵਿੱਚ। ਦਮਦਾਰ ਆਵਾਜ਼ ਆ, ਬਹੁਤ ਸੋਹਣਾ ਲਿਖਦਾ, ਅਤੇ ਆਪਾਂ 9-11 ਤੋਂ ਇਹਨੂੰ ਲਾਂਚ ਕਰ ਰਹੇ ਹਾਂ। ਔਰ ਇਹਦੇ ਲਾਸਟ ਵਿਸ਼ ਜਿਹੜਾ ਫਸਟ ਸੌਂਗ ਹੈ 9-11 ਤੋਂ ਰਿਲੀਜ਼ ਕਰ ਰਹੇ ਹਾਂ, ਤਾਂ ਉਮੀਦ ਹੈ ਤੁਹਾਡੀ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਪ੍ਰਵਾਨ ਚੜੂਗਾ, ਅਤੇ ਤੁਹਾਡੇ ਸਾਰੇ ਸਿੱਧੂ ਨੂੰ ਚਾਹੁਣ ਵਾਲੇ ਸਰੋਤਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਬੱਚੇ ਦਾ ਸਾਥ ਦਿਓ। ਬਹੁਤ ਵਧੀਆ ਆਵਾਜ਼ ਹੈ, ਬਹੁਤ ਸੋਹਣਾ ਗਾਉਂਦਾ। 5 ਜਨਵਰੀ ਡਿਸਾਈਡ ਕਰਨ ਦਾ ਕੀ ਬਣਦਾ ਵੀ 5 ਜਨਵਰੀ? 5 ਜਨਵਰੀ ਮੇਰਾ ਬਰਥਡੇ ਹੈ ਕਹਿ ਲਓ ਵੀ, ਇਹ ਤੋਂ ਸ਼ੁਭਦੀਪ ਦੀ ਵੀ ਆਦਤ ਹੁੰਦੀ ਸੀ, ਉਹ ਕੋਈ ਨਾ ਕੋਈ ਆਪਣਾ ਸੌਂਗ ਮੇਰੇ ਜਨਮ ਦਿਨ 'ਤੇ ਜਾਂ ਆਪਣੀ ਮਾਤਾ ਦੇ ਜਨਮ ਦਿਨ 'ਤੇ ਕੁਛ ਨਾ ਕੁਛ ਛੱਡਦਾ ਹੁੰਦਾ ਸੀ। ਇਹ 2-3 ਦਿਨ ਹੀ ਉਹਦੇ ਖਾਸ ਹੁੰਦੇ ਸੀ, ਜਾਂ ਉਹਦਾ ਆਪਣਾ 11 ਜੂਨ ਦਾ ਬਰਥਡੇ ਸੀਗਾ, ਉਹਦੇ ਉੱਤੇ ਕੁਛ ਨਾ ਕੁਛ ਕਰਦਾ ਹੁੰਦਾ ਸੀ। ਬਸ ਉਹੀ ਸਾਡਾ
ਲੱਗਿਆ ਵੀ ਉਸੇ ਰੀਤ ਨੂੰ ਅੱਗੇ ਲਾਗੂ ਰੱਖਿਆ ਜਾਵੇ, ਹੈ ਨਾ, ਕਿਸੇ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜੇ ਨਵੇਂ ਸੌਂਗ ਨੇ, ਨਵੇਂ ਆਰਟਿਸਟ ਕੋਈ ਲਾਂਚ ਕਰਦੇ ਹਾਂ ਤਾਂ ਇਹਨਾਂ ਦਿਨਾਂ ਦੇ ਉੱਤੇ ਹੀ ਛੱਡੇ ਜਾਣ, ਤਾਂ ਸਾਡੀ ਵੀ ਉਹੀ ਕੋਸ਼ਿਸ਼ ਹੈ ਵੀ ਉਹਨੂੰ ਅੱਗੇ ਜਾਰੀ ਰੱਖਿਆ ਜਾਵੇ।